ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਨਿਊਜ਼ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਵਿੰਦ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ, ਭਾਈ ਰਜਵਾਣਾ ਮਾਮਲੇ ਉੱਤੇ ਜਾਰੀ ਕੀਤੇ ਨਵੇਂ ਹੁਕਮ। ਨਹੀਂ ਰੁਕ ਰਹੀਆਂ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ, ਗੁਰੂ ਸਾਹਿਬ ਦੀ ਤਾਬਿਆ ਦੇ ਵਿੱਚ ਬੈਠੇ ਗ੍ਰੰਥੀ ਸਿੰਘ ਤੇ ਨੌਜਵਾਨ ਨੇ ਕੀਤਾ ਹਮਲਾ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਰਾਸ਼ਟਰਪਤੀ ਕੋਲ ਵਿਚਾਰ ਲਈ ਭੇਜੇ ਜਾਣਗੇ ਤਿੰਨ ਪੈਂਡਿੰਗ ਬਿੱਲ, ਤਿੰਨੇ ਬਿੱਲ ਪੰਜਾਬ ਵਿਧਾਨ ਸਭਾ 'ਚ ਕੀਤੇ ਗਏ ਸਨ ਪਾਸ। ਪੰਜਾਬ ਸਿਰ ਦਿਨੋ ਦਿਨ ਭਾਰੀ ਹੁੰਦੀ ਜਾ ਰਹੀ ਹੈ ਕਰਜ਼ੇ ਦੀ ਪੰਡ, ਸਰਕਾਰ ਨੇ ਫਿਰ ਚੁੱਕਿਆ 941 ਕਰੋੜ ਰੁਪਏ ਦਾ ਕਰਜ਼ਾ, ਵਿਰੋਧੀਆਂ ਨੇ ਚੁੱਕੇ ਭਗਵੰਤ ਮਾਨ ਉੱਤੇ ਸਵਾਲ। ਲੁਧਿਆਣਾ ਦੇ ਵਿੱਚ 14 ਦਸੰਬਰ ਨੂੰ ਕਿਸਾਨਾਂ ਦੇ ਵੱਲੋਂ ਮਹਾਪੰਚਾਇਤ ਕਰਨ ਦਾ ਕੀਤਾ ਗਿਆ ਐਲਾਨ, ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਲਿਆ ਫੈਸਲਾ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਜ਼ਰੂਰੀ ਇਕੱਤਰਤਾ ਹੋਈ ਹੈ, ਜਿਸ ਦੇ ਵਿੱਚ ਗਿਆਨੀ ਰਘਬੀਰ ਸਿੰਘ, ਸੁਲਤਾਨ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਗੁਰਦਿਆਲ ਸਿੰਘ ਅਤੇ ਗਿਆਨੀ ਬਲਜੀਤ ਸਿੰਘ ਸ਼ਾਮਿਲ ਹੋਏ। ਇਸ ਇਕੱਤਰਤਾ ਦੌਰਾਨ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜਵਾਣਾ ਦੇ ਵੱਲੋਂ ਭੇਜੀਆਂ ਚਿੱਠੀਆਂ ਉੱਤੇ ਗੰਭੀਰ ਵਿਚਾਰ ਵਟਾਂਦਰਾ ਕੀਤੀਆਂ ਗਈਆਂ ਅਤੇ ਵਿਸ਼ੇਸ਼ ਹੁਕਮ ਜਾਰੀ ਕੀਤੇ ਗਏ, ਜਿਸ ਦੇ ਵਿੱਚ ਭਾਈ ਰਜਵਾਣਾ ਦੀ ਫਾਂਸੀ ਦੀ ਸਜ਼ਾ ਨੂੰ ਤਬਦੀਲ ਕਰਨ ਲਈ ਕੇਂਦਰ ਸਰਕਾਰ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਤੇ ਪੰਜ ਸਿੰਘ ਸਾਹਿਬਾਨਾਂ ਦੇ ਵੱਲੋਂ ਹੋਰ ਕਿਹੜੇ ਕਿਹੜੇ ਹੁਕਮ ਜਾਰੀ ਕੀਤੇ ਗਏ ਹਨ, ਆਓ ਤੁਹਾਨੂੰ ਸੁਣਾਉਂਦੇ ਹਾਂ। 6 ਦਸੰਬਰ 2023 ਨੂੰ ਪੰਜ ਸਿੰਘ ਸਾਹਿਬਾਨ ਦੀ ਜ਼ਰੂਰੀ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ, ਜਿਸ ਵਿੱਚ ਹੇਠ ਲਿਖੇ ਅਨੁਸਾਰ ਫੈਸਲੇ ਕੀਤੇ ਗਏ। ਨੰਬਰ 1, ਕੌਮ ਦੇ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਨੂੰ ਲਾਗੂ ਕਰਵਾਉਣ ਲਈ ਅਤੇ ਇਹਨਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਉੱਚ ਪੱਧਰੀ ਵਫਦ ਦਾ ਗਠਨ ਕੀਤਾ ਹੈ, ਜੋ ਤੁਰੰਤ ਹੀ ਆਪਣੀ ਕਾਰਵਾਈ ਆਰੰਭ ਕਰੇ, ਜਿਸ ਵਿੱਚ ਹੇਠ ਲਿਖੇ ਅਨੁਸਾਰ ਮੈਂਬਰ ਸ਼ਾਮਿਲ ਕੀਤੇ ਗਏ ਹਨ। ਨੰਬਰ 1, ਸਰਦਾਰ ਹਰਜਿੰਦਰ ਸਿੰਘ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ। ਨੰਬਰ 2, ਸਰਦਾਰ ਹਰਮੀਤ ਸਿੰਘ ਕਾਲਕਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੀਂ ਦਿੱਲੀ। ਨੰਬਰ 3, ਸਰਦਾਰ ਬਰਜਿੰਦਰ ਸਿੰਘ ਜੀ ਹਮਦਰਦ। ਨੰਬਰ 4, ਬੀਬੀ ਕਮਲਦੀਪ ਕੌਰ ਰਾਜੋਵਾਣਾ। ਨੰਬਰ 5, ਸਰਦਾਰ ਵਿਰਸਾ ਸਿੰਘ ਬਲਟੋਹਾ। ਇਸ ਕਮੇਟੀ ਦੇ ਕੋਆਰਡੀਨੇਟਰ ਵੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣਗੇ। ਜੇਕਰ ਕੇਂਦਰ ਸਰਕਾਰ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਦੀ ਫਾਂਸੀ ਦੀ ਸਜ਼ਾ ਨੂੰ 31 ਦਸੰਬਰ 2023 ਤੀਕ ਰੱਦ ਨਹੀਂ ਕਰਦੀ, ਤਾਂ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵਾਰ ਵਾਰ ਪੁੱਜੀਆਂ ਪੱਤਰਕਾਵਾਂ ਦੇ ਮੱਦੇ ਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੀ ਪਾਈ ਹੋਈ ਅਪੀਲ 'ਤੇ ਵਿਚਾਰ ਕਰੇ। ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਕੌਮ ਦੇ ਜ਼ਿੰਦਾ ਸ਼ਹੀਦ ਹਨ, ਜਿਨ੍ਹਾਂ ਨੇ ਬਹਾਦਰੀ, ਦ੍ਰਿੜਤਾ, ਸੂਰਬੀਰਤਾ ਅਤੇ ਨਿਡਰਤਾ ਨਾਲ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੇ ਜਾਬਰ ਜ਼ੁਲਮ ਅਤੇ ਅੱਤਿਆਚਾਰ ਨੂੰ ਝੱਲਦਿਆਂ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਕੌਮ ਨੂੰ ਇਹਨਾਂ 'ਤੇ ਮਾਣ ਹੈ। ਪੂਰੀ ਸਿੱਖ ਕੌਮ ਇਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹੈ। ਇਹਨਾਂ ਦਾ ਜੀਵਨ ਸਿੱਖ ਕੌਮ ਲਈ ਬਹੁਤ ਕੀਮਤੀ ਹੈ ਅਤੇ ਸਿੱਖ ਕੌਮ ਦੀ ਅਮਾਨਤ ਹੈ। ਇਸ ਲਈ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਆਦੇਸ਼ ਕੀਤਾ ਜਾਂਦਾ ਹੈ, ਉਹ ਕਿਸੇ ਵੀ ਢੰਗ ਨਾਲ ਆਪਣੀ ਸਿਹਤ ਦਾ ਨੁਕਸਾਨ ਨਾ ਕਰਨ, ਤੁਰੰਤ ਆਪਣੀ ਭੁੱਖ ਹੜਤਾਲ ਵਾਪਸ ਲੈ ਕੇ ਆਪਣੀ ਸਿਹਤ ਦਾ ਖਿਆਲ ਰੱਖਣ। ਜੇਕਰ ਦਿੱਤੇ ਸਮੇਂ ਦੇ ਅੰਦਰ ਅੰਦਰ ਕੇਂਦਰ ਸਰਕਾਰ ਸੁਹਿਰਤਾ ਵਾਲਾ ਫੈਸਲਾ ਨਹੀਂ ਲੈਂਦੀ, ਤਾਂ ਉਸ ਤੋਂ ਬਾਅਦ ਪੈਦਾ ਹੋਣ ਵਾਲੀ ਸਥਿਤੀ ਦੀ ਜ਼ਿੰਮੇਵਾਰ ਵੀ ਕੇਂਦਰ ਸਰਕਾਰ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਹਾਲੀ ਦੇ ਗੁਰਦੁਆਰਾ ਸਾਹਿਬ ਤੋਂ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨੌਜਵਾਨ ਦੇ ਵੱਲੋਂ ਬੇਹੱਦ ਸ਼ਰਮਨਾਕ ਕਾਰਾ ਕੀਤਾ ਗਿਆ। ਉਕਤ ਨੌਜਵਾਨ ਨੇ ਪਹਿਲਾਂ ਗ੍ਰੰਥੀ ਸਿੰਘ 'ਤੇ ਹਮਲਾ ਕੀਤਾ ਅਤੇ ਫਿਰ ਆਪਣੇ ਸਾਰੇ ਕੱਪੜੇ ਉਤਾਰ ਲਏ। ਜਾਣਕਾਰੀ ਮੁਤਾਬਿਕ ਪਿੰਡ ਦਾ ਹੀ ਇੱਕ ਨੌਜਵਾਨ ਰੋਜ਼ਾਨਾ 5 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਆਉਂਦਾ ਸੀ। ਅੱਜ ਉਹ ਆਉਂਦੇ ਹੀ ਗ੍ਰੰਥੀ ਸਿੰਘ ਨੂੰ ਅੰਮ੍ਰਿਤ ਛਕਾਉਣ ਲਈ ਕਹਿਣ ਲੱਗਾ।
ਜਦੋਂ ਗ੍ਰੰਥੀ ਸਿੰਘ ਨੇ ਮਨਾ ਕੀਤਾ ਤਾਂ ਉਕਤ ਨੌਜਵਾਨ ਨੇ ਗ੍ਰੰਥੀ ਸਿੰਘ ਤੇ ਹਮਲਾ ਕਰ ਦਿੱਤਾ ਅਤੇ ਉਸ ਨਾਲ ਕਾਫੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਬੇਹੱਦ ਸ਼ਰਮਨਾਕ ਕਾਰਾ ਕਰਦੇ ਹੋਏ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੀ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ। ਦੱਸਿਆ ਜਾ ਰਿਹਾ ਕਿ ਅਜਿਹਾ ਕਰਨ ਵਾਲੇ ਸ਼ਖਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਹਦੇ ਬਾਅਦ ਮੈਂ ਆਪਣੇ ਅੱਠਵੀਂ ਨੌਵੀਂ ਪੜ੍ਹ ਰਿਹਾ ਸੀ। ਇਹ ਬੰਦਾ ਮੱਥਾ ਟੇਕਣ ਆਇਆ ਕਿ ਇਹਨੇ ਮੱਥਾ ਟੇਕਿਆ, ਘੁੰਮ ਕੇ ਆ ਕੇ ਮੇਰੇ ਕੋਲ ਆ ਕੇ ਕਹਿੰਦਾ, ਮੈਨੂੰ ਕਹਿੰਦਾ ਵੀ ਅੰਮ੍ਰਿਤ ਛਕਾਓ। ਕੌਣ ਆ ਜੀ ਬੰਦਾ ਇਹ? ਇਹ ਬੰਦਾ ਮੇਰੇ ਪਿੰਡ ਦੇ, ਇਹ ਲਾਡੀ ਨੌ ਜੀ ਦਾ। ਲਾਡੀ ਨੌ? ਅੱਛਾ ਜੀ। ਇਹ ਕਹਿੰਦਾ ਵੀ ਅੰਮ੍ਰਿਤ ਛਕਾਓ। ਅੱਛਾ। ਮੈਂ ਬੋਲਿਆ ਨਹੀਂ, ਮੈਂ ਪਾਠ ਕਰੀ ਗਿਆ। ਮੈਂ ਕਿਹਾ ਵੀ ਚੱਲ ਬੰਦਾ ਉਹ ਕਹਿੰਦਾ, ਜਾਂ ਮੇਰੀ ਇਹਨੇ ਬਾਂਹ ਫੜੀ। ਮੈਂ ਡਾਡੀ ਜੀ ਅਨੰਦਪੁਰ ਸਾਹਿਬ ਆਟਾ ਤਿਆਰ ਹੋਊਗਾ, ਵੀ ਤੁਹਾਨੂੰ ਕੋਈ ਨਹੀਂ ਕੁੱਤੇ ਛਕਾ ਜਾਊਗਾ। ਉਸ ਤੋਂ ਬਾਅਦ ਜੀ ਇਹ ਕਿਆ ਕਰਿਆ, ਇਹਨੇ ਫਿਰ ਮੇਰੀ ਬਾਹਾਂ ਬੂਹਾਂ ਖਿੱਚਣ ਲੱਗਿਆ ਜਾਂਦਾ। ਉਸ ਤੋਂ ਬਾਅਦ ਮੈਂ ਇਹਨੂੰ ਕਿਹਾ, ਮੈਂ ਆਪਣੀ ਬਾਂਹ ਛੁਡਾ ਕੇ ਮਹਾਂ ਵੀ ਬੰਦੇ ਆ, ਮੈਂ ਕੋਈ ਜਿਹਾ ਠੀਕੇ ਵੀ ਫੇਰ ਗੱਲ ਕਰੀ ਮਹਾਂ ਪਾਠ ਕਰਨ ਦੇ ਮੈਨੂੰ। ਇਹਨੇ ਜੀ ਫਿਰ ਮੈਨੂੰ ਰੱਖ ਰੁੜ ਕੇ ਮੇਰੇ ਹੱਥੋਂ ਪਾਈ ਹੋਇਆ ਕਰੀ ਜੀ ਮੇਰੀ ਗੱਲ। ਇਹਨੇ ਮੈਨੂੰ ਖਿੱਚਿਆ ਜੀ ਬਾਹਰ ਦੀ, ਬਾਹਰ ਖਿੱਚ ਕੇ ਜੀ ਹੱਥੋਂ ਪਈ ਹੋਏ ਮੂਹਰੇ, ਮੈਨੂੰ ਇੱਥੇ ਮੂਹਰੇ ਲਿਆ। ਮੈਂ ਫਿਰ ਇਹ ਜਾਂ ਮੇਰਾ ਹੋਰ ਕੁਛ ਨਹੀਂ ਚੱਲਿਆ, ਇਹਨੇ ਲੱਤ ਫੜੀ ਸੀ, ਮੈਂ ਇਹਦੀਆਂ ਦੋ ਲੱਤਾਂ ਫੜ ਕੇ ਇਹਨੂੰ ਖਿੱਟ ਲਿਆ ਅੱਗੇ ਖਿੱਟ ਕੇ। ਫਿਰ ਮੈਂ ਇਹਦੇ 5-7 ਚਾਂਟੇ ਮਾਰੇ। ਮੈਂ ਤੈਨੂੰ ਦੱਸਦਾ ਹੁਣ, ਪਤਾ ਤੇਰਾ ਤਾਰਦਾ ਸਟੋਪ ਕਰ। ਉਹਨੇ ਜੀ ਗ੍ਰੰਥੀ ਸਿੰਘ ਨੂੰ ਲੱਤਾਂ ਤੋਂ ਫੜ ਕੇ ਤਾਪਿਆਂ ਬੈਠਿਆਂ ਨੂੰ ਬਾਹਰ ਖਿੱਚਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਬਾਅਦ ਵਿੱਚ ਉਹਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਉਹ ਨਗਨ ਹਾਲਤ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿਖੇ ਘੁੰਮਦਾ ਰਿਹਾ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ। ਹਾਂਜੀ, ਪੁਲਿਸ ਵੱਲੋਂ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਹੈ ਤੇ ਪ੍ਰਸ਼ਾਸਨ ਵੱਲੋਂ ਭਰੋਸਾ ਦਵਾਇਆ ਜਾ ਰਿਹਾ ਹੈ ਕਿ ਉਹ ਸਖ਼ਤ ਤੋਂ ਸਖ਼ਤ ਕਾਰਵਾਈ ਉਸ ਸ਼ਖਸ ਦੇ ਵਿਰੁੱਧ ਕਰ ਰਹੇ ਨੇ। ਪਿੰਡ ਵਾਲਿਆਂ ਤੋਂ ਸੁਣਨ ਦੇ ਵਿੱਚ ਆਇਆ ਕਿ ਇੱਦਾਂ ਦਾ ਕੁਛ ਵੀ ਨਹੀਂ ਸੀ, ਬੰਦਾ ਬਿਲਕੁਲ ਠੀਕ ਠਾਕ ਹੈ, ਕਿਸੇ ਪੈਟਰੋਲ ਪੰਪ ਤੇ ਕੰਮਕਾਰ ਕਰਦਾ ਹੈ ਤੇ ਇੱਦਾਂ ਦੀ ਕੋਈ ਉੱਥੇ ਗੱਲ ਸੁਣਨ ਨੂੰ ਨਹੀਂ ਮਿਲੀ। ਇਤਿਹਾਸਕ ਨਗਰ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਐਤਵਾਰ 3 ਦਸੰਬਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮ ਕੀਤੇ ਗਏ ਸਨ। ਇਸ ਮੌਕੇ ਦੋ ਨੌਜਵਾਨ ਨਸ਼ਾ ਕਰਦੇ ਅਤੇ ਵੇਚਦੇ ਹੋਏ ਵੇਖੇ ਗਏ, ਜਿਸ ਤੋਂ ਬਾਅਦ ਅਰਦਾਸ ਸਮਾਗਮ ਵਿੱਚ ਪੁੱਜੀ ਪਰਮਿੰਦਰ ਸਿੰਘ ਝੋਟਾ ਦੀ ਟੀਮ ਅਤੇ ਨਿਹੰਗ ਸਿੰਘਾਂ ਨੇ ਤਲਵੰਡੀ ਸਾਬੋ ਦੇ ਬੱਸ ਸਟੈਂਡ ਤੋਂ ਚਿੱਟੇ ਦਾ ਨਸ਼ਾ ਵੇਚਦੇ ਤੇ ਕਰਦੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ। ਕਾਬੂ ਕੀਤੇ ਗਏ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਨਿਹੰਗ ਸਿੰਘਾਂ ਨੇ ਪੰਜਾਬ ਪੁਲਿਸ ਅਤੇ ਸਰਕਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ ਸਿੰਘਾਂ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ ਜਾ ਰਿਹਾ ਹੈ, ਪਰ ਦੂਜੇ ਪਾਸੇ ਨਸ਼ੇ ਵਾਲੇ ਸ਼ਰੇਆਮ ਨਸ਼ਾ ਵੇਚ ਰਹੇ ਹਨ ਅਤੇ ਕਰ ਰਹੇ ਹਨ। ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ, ਜੋ ਕਿ ਸਰਾਸਰ ਗਲਤ ਹੈ। ਆਹ ਤੁਸੀਂ ਦੇਖ ਸਕਦੇ ਹੋ, ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀ ਮੰਨ ਕੇ ਹੋਰ ਬੰਦੀਆਂ ਦੀ ਰਿਹਾਈ ਦੀ ਅਰਦਾਸ ਹੋਣੀ ਸੀ। ਇਹਨਾਂ ਨੇ ਉਹਨਾਂ ਨੂੰ ਹੋਰ ਨੌਜਵਾਨਾਂ ਨੂੰ ਆਉਣ ਤੋਂ ਰੋਕਤਾ। ਜਿਹੜੀ ਜ਼ਿੰਮੇਵਾਰੀ ਅਸਲ ਪ੍ਰਸ਼ਾਸਨ ਦੀ ਬਣਦੀ ਵੀ ਪੰਜਾਬ ਕਿਉਂ ਖਤਮ ਹੋ ਰਿਹਾ, ਪੰਜਾਬ ਨੂੰ ਖਤਮ ਹੋਣ ਦਾ ਸਾਰੋਂ ਵੱਡਾ ਕਾਰਨ ਇਹ ਹੈ ਚਿੱਟਾ ਨਸ਼ਾ। ਅਤੇ ਹੁਣ ਅਸੀਂ ਆ ਇੱਥੇ ਅਸੀਂ ਇਹਨਾਂ ਦੇ ਸ਼ਹਿਰ ਦੇ ਵਿੱਚ ਆ ਕੇ ਅਸੀਂ ਤਾਂ ਫੜ ਲਏ ਚਿੱਟੇ ਵਾਲੇ, ਗੱਲ ਕਰ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਤੁਸੀਂ ਥੋੜ੍ਹਾ ਜਿਹਾ ਤਾਂ ਇੱਧਰਲੇ ਥੋੜ੍ਹਾ ਜਿਹਾ ਕੋਈ ਪੂਰੀ ਉਹ ਡਿਊਟੀ ਤਨਖਾਹਾਂ ਮਿਲ ਜਾਏ ਤਾਂ ਇਹਨਾਂ ਨੂੰ ਆਉਣ ਦਾ ਹੱਕ ਬਣਦਾ ਆ। ਵਿੱਚ ਜਿਹੜੇ ਗੁਰੂ ਘਰਾਂ ਦੇ ਕੋਲੇ ਆ ਕੇ ਇੱਥੇ ਵੇਚ ਰਹੇ ਨੇ ਚਿੱਟਾ, ਇਹਨਾਂ ਨੂੰ ਸਖ਼ਤ ਇਹਨਾਂ ਦੇ ਮਤਲਬ ਕਿ ਪਰਚੇ ਹੋਣੇ ਚਾਹੀਦੇ, ਸਖ਼ਤ ਕਾਰਵਾਈ ਹੋਣੀ ਚਾਹੀਦੀ। ਅਸੀਂ ਦੇਖ ਰਹੇ ਸੀ ਕੱਲ੍ਹ ਤੋਂ, ਮੰਨ ਕੇ ਚਲੋ ਪ੍ਰਸ਼ਾਸਨ ਨੇ ਸਾਡੇ 'ਤੇ ਪੂਰਾ ਜ਼ੋਰ ਲਾਇਆ ਹੋਇਆ ਵੀ ਹੈ ਨਾ, ਸਾਰੇ ਬੰਦੇ ਵੀ ਸਿਵਲ ਕੱਪੜਿਆਂ ਦੇ ਵਿੱਚ ਹੋਰ ਚੀਜ਼ਾਂ ਦੇ ਵਿੱਚ ਸਾਡੇ 'ਤੇ ਗੌਰ 'ਤੇ ਸੀ ਅਤੇ ਪਰ ਸਾਨੂੰ ਜਦੋਂ ਖਬਰ ਮਿਲੀ ਵੀ ਚਿੱਟਾ ਅੱਡੇ ਦੇ ਵਿੱਚ ਐਨ ਧੜਾ ਧੜ ਮੁੱਕਦਾ, ਅਸੀਂ ਇੱਕ ਬੰਦੇ ਤੋਂ ਫੋਨ ਕਰਵਾਇਆ, 2-3 ਗ੍ਰਾਮ ਚਿੱਟਾ ਲੈ ਕੇ ਸਾਡੇ ਕੋਲ ਉਰੇ ਬੰਦੇ ਹਾਜ਼ਰ ਹੋਏ ਸੀ ਦੋ, ਉਹਨਾਂ ਨੂੰ ਅਸੀਂ ਚਿੱਟੇ ਦੇ ਸਮੇਤ ਫੜਿਆ ਗਾ। ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਵੀ ਸਾਡੇ ਤਾਕਤਾਂ 'ਤੇ ਜਾਣ ਤੋਂ ਸਾਨੂੰ ਨਾ ਰੋਕੋ, ਜਿਹੜੇ ਬੰਦੇ ਰੋਕਣ ਵਾਲੇ ਆ ਉਹਨਾਂ ਨੂੰ ਰੋਕ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਸਰਕਾਰ ਦੇ 3 ਬਿੱਲਾਂ ਨੂੰ ਰਿਜ਼ਰਵ ਰੱਖ ਲਿਆ। ਹੁਣ ਰਾਜਪਾਲ ਸੰਵਿਧਾਨ ਦੀ ਧਾਰਾ 200 ਦੇ ਮੁਤਾਬਿਕ ਇਹ 3 ਬਿੱਲ ਰਾਸ਼ਟਰਪਤੀ ਨੂੰ ਵਿਚਾਰ ਲਈ ਭੇਜਣਗੇ। ਜਿਨ੍ਹਾਂ ਬਿੱਲਾਂ ਨੂੰ ਰਾਜਪਾਲ ਦੇ ਵੱਲੋਂ ਰਿਜ਼ਰਵ ਕੀਤਾ ਗਿਆ ਉਹਨਾਂ 'ਚ ਪੰਜਾਬ ਯੂਨੀਵਰਸਿਟੀਜ਼ ਲੋ ਸੋਧ ਬਿੱਲ 2023, ਸਿੱਖ ਗੁਰਦੁਆਰਾ ਸੋਧ ਬਿੱਲ 2023 ਅਤੇ ਪੰਜਾਬ ਪੁਲਿਸ ਸੋਧ ਬਿੱਲ 2023 ਸ਼ਾਮਿਲ ਹਨ। ਇਹ ਜਾਣਕਾਰੀ ਰਾਜਪਾਲ ਦੇ ਵੱਲੋਂ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਲਿਖੇ ਪੱਤਰ ਦੇ 1 ਹਫ਼ਤੇ ਬਾਅਦ ਸਾਹਮਣੇ ਆਈ ਹੈ। ਰਾਜਪਾਲ ਨੇ ਪੱਤਰ ਦੇ ਵਿੱਚ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹਰੇਕ ਬਿੱਲ 'ਤੇ ਵੱਖਰੇ ਤੌਰ 'ਤੇ ਆਪਣਾ ਫੈਸਲਾ ਦੱਸਣਗੇ। ਦੱਸਦੇ ਕਿ ਇਹ 3 ਬਿੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਗਏ ਹਨ ਅਤੇ ਇਹ 3 ਬਿੱਲ ਰਾਜਪਾਲ ਅਤੇ ਪੰਜਾਬ ਸਰਕਾਰ ਵਿਚਾਲੇ ਵਿਵਾਦ ਦਾ ਵਿਸ਼ਾ ਬਣੇ ਹੋਏ ਹਨ।
ਇਹ ਵੀ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਅਕਤੂਬਰ ਦੇ ਵਿੱਚ ਰਾਜਪਾਲ ਪੁਰੋਹਿਤ ਦੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ। ਸੁਪਰੀਮ ਕੋਰਟ ਨੇ ਰਾਜਪਾਲ ਨੂੰ ਵੀ ਚੁਣੀ ਹੋਈ ਸਰਕਾਰ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਮਨਜ਼ੂਰੀ ਨਾ ਦੇਣ ਲਈ ਫਟਕਾਰ ਲਾਈ ਗਈ ਸੀ, ਜਿਸ ਤੋਂ ਬਾਅਦ ਹੁਣ ਇਹ ਤਿੰਨੇ ਬਿੱਲ ਰਾਜਪਾਲ ਵੱਲੋਂ ਰਿਜ਼ਰਵ ਰੱਖੇ ਗਏ ਹਨ। ਪੰਜਾਬ ਸਿਰ ਕਰਜ਼ੇ ਦੀ ਪੰਡ ਦਿਨੋ ਦਿਨ ਭਾਰੀ ਹੁੰਦੀ ਜਾ ਰਹੀ ਹੈ। ਸੂਬੇ ਸਿਰ ਚੜਿਆ ਕਰਜ਼ਾ ਖਤਮ ਕਰਨ ਦੇ ਆਮ ਆਦਮੀ ਪਾਰਟੀ ਦੇ ਦਾਅਵੇ ਤੇ ਵਾਅਦੇ ਠੁੱਸ ਹੁੰਦੇ ਦਿਖਾਈ ਦੇ ਰਹੇ ਨੇ। ਮਿਲੀ ਜਾਣਕਾਰੀ ਮੁਤਾਬਿਕ ਸੂਬਾ ਸਰਕਾਰ ਦੇ ਵੱਲੋਂ ਫਿਰ 941 ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਰਜ਼ਾ ਖਤਮ ਕਰਨ ਅਤੇ 1 ਵੀ ਪੈਸੇ ਦਾ ਕਰਜ਼ਾ ਸੂਬੇ ਸਿਰ ਨਾ ਚੜਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਸਨ, ਪਰ ਹੁਣ ਉਹ ਦੂਰ ਦੂਰ ਤੱਕ ਪੂਰੇ ਹੁੰਦੇ ਦਿਖਾਈ ਨਹੀਂ ਦੇ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਇਹ ਖਬਰ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਲਗਾਤਾਰ ਭਗਵੰਤ ਮਾਨ ਉੱਤੇ ਸਵਾਲ ਚੁੱਕ ਰਹੀਆਂ ਨੇ। ਅੱਜ ਦੇ ਅਖਬਾਰ ਦੇ ਵਿੱਚ ਤੁਸੀਂ ਖਬਰ ਦੇਖੀ ਹੈ ਕਿ ਕੱਲ 941 ਕਰੋੜ ਰੁਪਏ ਦਾ ਕਰਜ਼ਾ ਇਸ ਸਰਕਾਰ ਵੱਲੋਂ ਹੋਰ ਲਿੱਤਾ ਗਿਆ। ਮੈਂ ਡਾਟਾ ਕੱਢਿਆ, 941 ਕਰੋੜ ਦਾ ਕਰਜ਼ਾ ਕੱਲ ਲੈ ਲਿਆ, ਕੇਵਲ ਨਵੰਬਰ ਦੇ ਮਹੀਨੇ 'ਚ 4450 ਕਰੋੜ ਰੁਪਏ ਦਾ ਕਰਜ਼ਾ ਇਸ ਸਰਕਾਰ ਨੇ ਚੱਕ ਲਿਆ ਤੇ ਇਸ ਨਵੰਬਰ ਤੱਕ ਜਦੋਂ ਦੀ ਸਰਕਾਰ ਬਣੀ ਹੈ 2.5 ਸਾਲਾਂ ਦੇ ਵਿੱਚ 60,000 ਕਰੋੜ ਰੁਪਏ ਤੋਂ ਉੱਪਰ ਦਾ ਕਰਜ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਖਜ਼ਾਨੇ ਤੇ ਹੋਰ ਬੋਝ ਪਾਤਾ। ਸਰਕਾਰ ਬਣਨ ਤੋਂ ਪਹਿਲਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਕਿ ਪੰਜਾਬ ਨੂੰ ਕਰਜ਼ਾਈ ਕਰਤਾ, ਪੰਜਾਬ ਦੇ ਲੋਕਾਂ ਤੇ ਬੋਝ ਪਾਤਾ, ਇਹ ਜਿਹੜਾ ਕਰਜ਼ਾ ਲਈ ਜਾ ਰਿਹਾ ਹੈ ਹਰ ਪੰਜਾਬ ਦੇ ਇਨਸਾਨ ਤੇ ਕਰਜ਼ਾ ਹੈ, ਇਹ ਲੋਕਾਂ ਦੀ ਜੇਬ ਚੋਂ ਪੈਸੇ ਜਾਣੇ ਹੈ। ਤੇ ਮੈਂ ਹੁਣ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ, ਹੁਣ ਕਿਹਦੀ ਜੇਬ ਚੋਂ ਜਾਣੇ ਆ? ਇਸ ਸਵਾਲ ਦਾ ਵੀ ਜਵਾਬ ਦੇ ਦੇਣ। ਤੇ ਵੱਡੀ ਗੱਲ ਇਹ, ਤੁਸੀਂ ਦੇਖੋ ਇਹ ਕਰਜ਼ਾ ਜਿਹੜਾ ਲਿੱਤਾ ਗਿਆ ਇਹ ਪੈਸਾ ਜਾ ਕਿੱਥੇ ਰਿਹਾ, ਇਹ ਪੈਸੇ ਦੀ ਵਰਤੋਂ ਕਿਵੇਂ ਹੋ ਰਹੀ ਹੈ? ਪੰਜਾਬ ਦੇ ਵਿੱਚ ਜਿੰਨੀਆਂ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਨੇ ਚਲਾਈਆਂ ਸੀ ਸਾਰੀਆਂ ਬੰਦ ਹੋ ਗਈਆਂ। ਕੋਈ ਨਵਾਂ ਡਿਵੈਲਪਮੈਂਟ ਦਾ ਪ੍ਰੋਜੈਕਟ ਪੰਜਾਬ ਦੇ ਵਿੱਚ ਨਹੀਂ ਆਇਆ। ਤੁਸੀਂ ਆਪ ਦੇਖ ਲਓ, ਤੁਰੇ ਫਿਰਦੇ ਤੁਸੀਂ ਵੀ ਹਰ ਰੋਜ਼ ਲੋਕਾਂ ਨੂੰ ਕਵਰ ਕਰਨ ਜਾਂਦੇ ਹੋ, ਕੋਈ ਨਵੀਂ ਸੜਕ ਨਹੀਂ, ਕੋਈ ਨਵਾਂ ਏਅਰਪੋਰਟ ਨਹੀਂ, ਕੋਈ ਕਾਲਜ ਨਹੀਂ, ਕੋਈ ਯੂਨੀਵਰਸਿਟੀ ਨਹੀਂ, ਕੋਈ ਹਸਪਤਾਲ ਨਹੀਂ, ਕੋਈ ਡਿਸਪੈਂਸਰੀ ਨਹੀਂ, ਕੋਈ ਪਿੰਡਾਂ 'ਚ ਮੰਡੀ ਨਹੀਂ, ਕੋਈ ਰੂਰਲ ਲਿੰਕ ਰੋਡ ਨਹੀਂ, ਕੋਈ ਨਵੀਂ ਕੱਸੀ ਨਹੀਂ, ਕੋਈ ਨਵੀਂ ਨਹਿਰ ਨਹੀਂ। ਪੈਨਸ਼ਨ ਬੰਦ ਹੋਈ ਪਈ ਹੈ, ਸ਼ਗਨ ਸਕੀਮ ਬੰਦ ਹੋਈ ਪਈ ਹੈ, ਕੰਪਨਸੇਸ਼ਨ ਜਿਹੜਾ ਮੁਆਵਜ਼ਾ ਕਿਸਾਨਾਂ ਨੂੰ ਦੇਣਾ ਸੀ ਉਹ ਬੰਦ ਹੋਇਆ ਪਿਆ, ਭਗਤ ਪੂਰਨ ਸਿੰਘ ਜਿਹੜੀ ਹੈਲਥ ਇੰਸ਼ੋਰੈਂਸ ਸਕੀਮ ਸੀ ਉਹ ਬੰਦ ਹੋਈ ਪਈ ਹੈ, ਸਾਈਕਲ ਬਾਦਲ ਸਾਹਿਬ ਦਿੰਦੇ ਸੀ ਬੱਚੀਆਂ ਨੂੰ, ਮੁਫ਼ਤ ਭਾਂਡੇ ਬਾਲ ਸਾਹਿਬ ਦਿੰਦੇ ਸੀ ਬੱਚੀਆਂ ਨੂੰ, ਸੇਵਾ ਕੇਂਦਰ, ਆਟਾ ਦਾਲ, ਸਭ ਕੁਛ ਬੰਦ ਹੋਇਆ ਪਿਆ, ਨਵੀਂ ਸਕੀਮ ਚੱਲਦੀ ਕੋਈ ਨਹੀਂ। ਲੁਧਿਆਣਾ ਦੇ ਵਿੱਚ 14 ਦਸੰਬਰ ਨੂੰ ਕਿਸਾਨਾਂ ਦੇ ਵੱਲੋਂ ਮਹਾਂਪੰਚਾਇਤ ਕਰਨ ਦਾ ਐਲਾਨ ਕੀਤਾ ਗਿਆ। ਬੀਕੇਯੂ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਡਲੇਵਾਲ ਨੇ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ। ਉਹਨਾਂ ਕਿਹਾ ਕਿ ਸਰਕਾਰ ਮੀਟਿੰਗ ਕਰਦੀ ਹੈ ਤੇ ਮੀਟਿੰਗ ਦੇ ਵਿੱਚ ਮੰਗਾਂ ਨੂੰ ਮੰਨਣ ਦਾ ਭਰੋਸਾ ਵੀ ਦਿੰਦੀ ਹੈ, ਪਰ ਇਸ ਮਗਰੋਂ ਸਰਕਾਰ ਟਾਲ ਮਟੋਲ ਵਾਲੀ ਨੀਤੀ ਅਪਣਾਉਂਦੀ ਹੈ ਜਿਸ ਮਗਰੋਂ ਉਹ ਮੰਗਾਂ ਨਹੀਂ ਮੰਨਦੀ ਹੈ। ਪਰ ਹੁਣ ਕਿਸਾਨਾਂ ਨੇ ਸਰਕਾਰ ਦੀ ਇਸ ਨੀਤੀ ਨੂੰ ਬਰਦਾਸ਼ਤ ਨਾ ਕਰਨ ਦਾ ਫੈਸਲਾ ਲਿਆ। ਦੇਖੋ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਅਸੀਂ ਦਿੱਲੀ ਅੰਦੋਲਨ ਲੜ ਕੇ ਵਾਪਸ ਆਏ ਹਾਂ, ਸਰਕਾਰ ਨੇ ਸਾਡੇ ਨਾਲ ਜੋ ਕਮਿਟਮੈਂਟ ਕੀਤੀ ਲਿਖਤੀ ਕਿ ਅਸੀਂ ਇਹ ਤੁਹਾਡੀਆਂ ਮੰਗਾਂ ਮੰਨ ਲਈਆਂ, MSP ਦੇ ਕਮੇਟੀ ਬਣਾਉਣ ਦੀ ਗੱਲ ਕਰ ਲਈ, ਬਿਜਲੀ ਸੋਧ ਬਿੱਲ ਨੂੰ ਲਾਗੂ ਨਾ ਕਰਨ ਦੀ ਗੱਲ ਕਰ ਲਈ, ਕਿਸਾਨਾਂ ਦੇ ਪਾਏ ਕੇਸ ਵਾਪਸ ਕਰਨ ਦੀ ਗੱਲ ਕਰ ਲਈ। ਪਿਛਲੇ ਲੰਬੇ ਸਮੇਂ ਤੋਂ ਅਸੀਂ ਪੰਜਾਬ ਸਰਕਾਰ ਨਾਲ ਲੜਦੇ ਆ ਰਹੇ ਹਾਂ, ਪੰਜਾਬ ਸਰਕਾਰ ਗੱਲਾਂ ਬਾਤਾਂ ਨਾਲ ਮੰਗਾਂ ਮੰਨ ਜਾਂਦੀ ਹੈ ਸਾਡੀ, ਤੇ ਜਦੋਂ ਅਸੀਂ ਫਿਰ ਉਹਨੂੰ ਲਾਗੂ ਕਰਨ ਦੀ ਗੱਲ ਆਉਂਦੀ ਹੈ ਫਿਰ ਸਾਨੂੰ ਵੱਡੇ ਵੱਡੇ ਅੰਦੋਲਨ ਕਰਨੇ ਪੈਂਦੇ ਨੇ, ਫਿਰ ਮਰਨ ਵਰਤ ਵਰਗੇ ਐਕਸ਼ਨ ਕਰਨੇ ਪੈਂਦੇ ਨੇ। ਸੋ ਇਸ ਕਰਕੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ, ਉਹਦੇ ਲਈ ਹੀ ਅਸੀਂ 14 ਤਰੀਕ ਨੂੰ ਕੋਟ ਆਗਾਂ ਦੇ ਇਲਾਕੇ ਦੇ ਵਿੱਚ ਲੁਧਿਆਣੇ ਡਿਸਟ੍ਰਿਕਟ ਦੇ ਵਿੱਚ 1 ਲੱਖਾਂ ਲੋਕਾਂ ਦਾ ਇਕੱਠ ਕਰਕੇ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੀਆਂ ਤੁਸੀਂ ਜ਼ਮੀਨਾਂ ਅਕੁਆਇਰ ਕਰਕੇ ਕਾਰਪੋਰੇਟ ਲੋਕਾਂ ਨੂੰ ਵੱਡੇ ਵੱਡੇ ਹਾਈਵੇਜ਼ ਕੱਢ ਰਹੇ ਹੋ,
ਇਕੱਲਾ ਉਹਨਾਂ ਦੀਆਂ ਜ਼ਮੀਨਾਂ ਨਹੀਂ ਜਾ ਰਹੀਆਂ, ਬਾਕੀ ਰਹਿੰਦਾ ਇਲਾਕਾ ਹੜਾਂ ਦੀ ਪ੍ਰਭਾਵਿਤ ਕਰਨਗੇ ਹੜ ਉਹਨਾਂ ਨੂੰ। ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਾਂ ਮਤਲਬ ਸਾਡੇ ਕਿਸਾਨਾਂ ਦੇ ਪਾਏ ਪਰਚਿਆਂ ਨੂੰ ਵਾਪਸ ਕਰਵਾਉਣ ਲਈ ਜਾਂ ਜਿਹੜੀਆਂ ਸਾਡੀਆਂ ਦਿੱਲੀ ਨਾਲ ਰਿਲੇਟਡ ਮੰਗਾਂ ਨੇ ਉਹਨਾਂ ਨੂੰ ਲੈ ਕੇ ਇੱਕ ਵੱਡੀ ਪੰਚਾਇਤ ਕਰਨ ਲੱਗੇ ਹਾਂ। ਉਹਦੀ ਅੱਜ ਇੱਥੇ ਉਹਦੇ ਸੰਬੰਧ 'ਚ ਮੀਟਿੰਗ ਸੀ। ਸਾਡੇ ਲੋਕਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਹਰ ਇਕਾਈ 'ਚੋਂ ਜਾਂ ਤਾਂ ਦੋ ਦੋ ਬੱਸਾਂ ਲੈ ਕੇ ਆਵਾਂਗੇ ਜਾਂ ਫਿਰ ਤਿੰਨ ਤਿੰਨ ਚਾਰ ਚਾਰ ਟਰਾਲੀਆਂ ਭਰ ਕੇ ਲੈ ਕੇ ਆਵਾਂਗੇ। ਲੋਕਾਂ ਨੇ ਵਿਸ਼ਵਾਸ ਦਵਾਇਆ। ਪੰਜਾਬ ਸਰਕਾਰ ਦੇ ਵੱਲੋਂ ਗੰਨਾ ਕਿਸਾਨਾਂ ਨੂੰ ਵਾਅਦਾ ਕੀਤਾ ਗਿਆ ਸੀ ਕਿ 30 ਤਰੀਕ ਨੂੰ ਸ਼ੂਗਰ ਮਿੱਲਾਂ ਖੁੱਲ੍ਹ ਜਾਣਗੀਆਂ, ਪਰ ਧੂਰੀ ਦੇ ਵਿੱਚ ਅਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ, ਜਿਸ ਤੋਂ ਬਾਅਦ ਬੰਦ ਪਈਆਂ ਮਿੱਲਾਂ ਦੇ ਬਾਹਰ ਕਿਸਾਨਾਂ ਦੇ ਵੱਲੋਂ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਵਿੱਚ ਕਿਸਾਨਾਂ ਨੇ ਸਾਫ਼ ਤੌਰ ਉੱਤੇ ਐਲਾਨ ਕਰ ਦਿੱਤਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਗੰਨੇ ਦੀਆਂ ਟਰਾਲੀਆਂ ਭਰ ਕੇ ਚੰਡੀਗੜ੍ਹ ਵੱਲ ਨੂੰ ਤੋਰਾਂਗੇ। ਮਾਮਲਾ ਤਾਂ ਬਾਕੀ ਵਧਾ ਜਾਂਦਾ ਸਰ, ਪਿਛਲੀ ਪੇਮੈਂਟ ਨਹੀਂ ਇੱਕ ਸਾਡੀ ਅਤੇ ਦੂਜਾ ਫੈਕਟਰੀ ਚੱਲਣ ਦਿਆ ਜੀ। ਦੇਖੋ ਸਾਰੀਆਂ ਫੈਕਟਰੀਆਂ ਦਾ ਐਲਾਨ ਕਰਿਆ ਮੁੱਖ ਮੰਤਰੀ ਸਾਹਿਬ ਨੇ ਵੀ 30 ਤਰੀਕ ਨੂੰ ਚੱਲਣਗੀਆਂ ਜੀ। ਜਿਹੜੀ ਸਾਡੀ ਫੈਕਟਰੀ ਆ ਇੱਥੇ ਕੋਈ ਕਿਸੇ ਤਰ੍ਹਾਂ ਦਾ ਨਾ ਸਾਡਾ ਗੰਨਾ ਪਾਉਣ ਕਰਿਆ ਗਿਆ ਹੈਗਾ, ਨਾ ਮੰਨ ਲਓ ਸਾਨੂੰ ਕੋਈ ਮੈਸੇਜ ਗਿਆ ਹੈਗਾ। ਹੁਣ ਅਸੀਂ ਇਹ ਸੰਬੰਧ ਵਿੱਚ ਬੈਠੇ ਵੀ ਸਾਡੀ ਫੈਕਟਰੀ ਚਾਲੂ ਕਰੋ ਜੀ। ਇੱਕ 11 ਰੁਪਏ ਤੁਹਾਡਾ ਜਿਹੜਾ ਰੇਟ ਵਧਾਤਾ ਗੰਨੇ ਦਾ, ਉਹਦੇ ਬਾਰੇ ਕੀ ਕਹਿਣਾ? ਉਹਦਾ ਸਾਡੇ ਨਾਲ ਮਖੌਲ ਕਰਿਆ ਜੀ। 10 ਰੁਪਏ ਦਾ, 9 ਰੁਪਏ, 8 ਰੁਪਏ ਦਾ ਸਾਡਾ ਲੇਬਰ ਦਾ ਰੇਟ ਵਧ ਗਿਆ ਜੀ। ਸਾਨੂੰ ਤਾਂ 1-2 ਰੁਪਏ ਮਿਲ ਗਏ ਜੋ ਮਿਲੇ ਜੀ, ਉਹਨਾਂ ਕੁ ਡੀਜ਼ਲ ਵਧ ਗਿਆ, ਸਾਡੇ ਪਹਿਲੇ ਕੁਛ ਨਹੀਂ ਜੀ। ਇਹਦਾ ਸਾਡਾ ਮਖੌਲ ਕਰਿਆ ਸਰਕਾਰ ਨੇ ਜੀ। ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ? ਅਗਲਾ ਸੰਘਰਸ਼ ਆਇਆ ਜੀ, ਜੇ ਸਾਨੂੰ ਅੱਜ ਸ਼ਾਮ ਤੱਕ ਨਾ ਇਹਨਾਂ ਨੂੰ ਕਲੀਅਰ ਕਰਿਆ ਜੀ ਤਾਂ ਕੱਲ੍ਹ ਤੋਂ ਅਸੀਂ ਲੇਬਰਾਂ ਨੇ ਜਿਹੜੇ ਆਪਣੇ ਵਾਢਾਂ 'ਚ ਵੱਢਣ ਲਾ ਦਾਂਗੇ, ਜਿੰਨੀਆਂ ਸਾਡੀਆਂ ਟਰਾਲੀਆਂ ਭਰੀਆਂ ਨੇ ਅਸੀਂ ਡੀਸੀ ਦਫ਼ਤਰ ਲਾਈ ਚੱਲਾਂਗੇ। ਮਾਮਲਾ ਹੈਗਾ ਜੀ ਇਹ, ਅਸੀਂ ਭਗਵਾਨਪੁਰਾ ਸ਼ੂਗਰ ਮਿੱਲ 'ਚ ਬੈਠੇ ਹਾਂ। ਪਿਛਲੇ ਸੀਜ਼ਨ ਦਾ 16-17 ਕਰੋੜ ਰੁਪਈਆ ਇਹਨਾਂ ਕੰਨੀ ਪੈਂਡਿੰਗ ਆ, ਜਿਹਦੇ 'ਚੋਂ 2-3 ਕਰੋੜ ਰੁਪਈਆ ਸਟੇਟ ਗੌਰਮੈਂਟ ਕੰਨੀ ਆ ਅਤੇ ਬਾਕੀ ਮਿੱਲ ਕੰਨੀ। ਅਤੇ ਇਸ ਵਾਰ ਫਿਰ ਮੰਨ ਲਓ ਜਿਹੜਾ ਮਿੱਲ ਆ ਉਹ CM ਸਾਹਿਬ ਦਾ ਤਾਂ ਪਿਛਲੇ 30 ਤਰੀਕ ਤੋਂ ਮੰਨ ਲਓ ਕਿਹਾ ਹੋਇਆ ਵੀ ਮਿੱਲਾਂ ਚਾਲੂ ਹੋ ਗਈਆਂ, ਪਰ ਸਾਡੀ ਮਿੱਲ ਦੀ ਅਜੇ ਕੋਈ ਵਾਅਦਾ ਹੀ ਨਹੀਂ, ਨਾ ਸਾਡਾ ਕੋਈ ਗੰਨਾ ਬੌਂਡ ਕਰਿਆ ਇਹਨਾਂ ਨੇ ਵੀ ਕਦੋਂ ਚਲਾਉਣਗੇ ਕਿਵੇਂ ਚੱਲੂਗੀ, ਅਤੇ ਲੇਬਰਾਂ ਸਾਡੇ ਕੋਲ ਆਈਆਂ ਬੈਠੀਆਂ ਨੇ ਅਤੇ ਅਸੀਂ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਇੱਥੇ ਬੈਠੇ ਹਾਂ। ਅਸੀਂ ਜੇ ਇਹਨਾਂ ਨੇ ਮਤਲਬ ਕੋਈ ਆਹ 1-2 ਦਿਨਾਂ 'ਚ ਨਾ ਮਸਲੇ ਦਾ ਹੱਲ ਕਰਿਆ ਤਾਂ ਅਸੀਂ ਕੱਲ੍ਹ ਤੋਂ ਲੇਬਰਾਂ ਵੱਢਣ ਲਾਵਾਂਗੇ ਗੰਨੇ ਨੂੰ, ਅਤੇ ਬੰਦਾ ਚਿਮਨੀ 'ਤੇ ਚੜ ਗਿਆ, ਕੱਲ੍ਹ ਤੋਂ ਲੇਬਰਾਂ ਜਿਵੇਂ ਟਰਾਲੀ ਭਰਿਆ ਕਰਨਗੀਆਂ ਉਹ ਟਰਾਲੀ ਭਰ ਕੇ DC ਦਫ਼ਤਰ ਸੰਗਰੂਰ ਭੇਜ ਦਿਆ ਕਰਾਂਗੇ। 1-2 ਦਿਨ ਉੱਥੇ ਭੇਜਾਂਗੇ, ਜਦੋਂ 20-50 ਟਰਾਲੀਆਂ ਉੱਥੇ ਇਕੱਠੀਆਂ ਹੋ ਗਈਆਂ ਫਿਰ ਅਸੀਂ ਟਰਾਲੀਆਂ ਇਕੱਠੀਆਂ ਕਰਕੇ ਚੰਡੀਗੜ੍ਹ ਨੂੰ ਤੋਰਾਂਗੇ, ਕੇਨ ਕਮਿਸ਼ਨਰ ਦੇ ਸੈਕਟਰੀਏਟ ਨੂੰ। ਇੱਥੋਂ ਗੰਨੇ ਦੀਆਂ ਟਰਾਲੀਆਂ ਭਰ ਅਸੀਂ ਚੰਡੀਗੜ੍ਹ ਭੇਜ ਦਿਆਂਗੇ। ਮੈਂ ਅੱਜ ਹੀ ਉਰੇ ਆ ਕੇ ਜੁਆਇਨ ਕੀਤਾ ਹੈ ਬਤੌਰ SHO, ਅਤੇ ਇਹਨਾਂ ਨਾਲ ਮੇਰੀ ਮੁਲਾਕਾਤ ਹੋਈ ਸੀ। ਇਹਨਾਂ ਦੇ ਜਿਹੜੇ ਕਨਵੀਨਰ ਨੇ ਹਰਜੀਤ ਜੀ, ਉਹਨਾਂ ਨੂੰ ਮੈਂ ਮਿਲਿਆ ਸੀ। ਅਸਲ 'ਚ ਇਹਨਾਂ ਦਾ ਮੁੱਦਾ ਕੋਈ ਇਹਨਾਂ ਦੀ ਪੈਂਡਿੰਗ ਪੇਮੈਂਟ ਨੂੰ ਲੈ ਕੇ ਆ, ਅਤੇ ਨਾਲ ਨਾਲ ਉਹ ਇਹ ਚਾਹੁੰਦੇ ਨੇ ਕਿ ਇਹਨਾਂ ਦੀ ਸ਼ੂਗਰ ਮਿੱਲ ਜਿਹੜੀ ਆ ਉਹ ਦੁਬਾਰਾ ਚੱਲ ਜਾਵੇ। ਤਾਂ ਇਹ ਦੇਖਦੇ ਹਾਂ ਜੀ, ਇਸ਼ੂ ਟੇਕਅਪ ਕਰਦੇ ਹਾਂ। ਵੈਸੇ ਤਾਂ ਵੈਸੇ ਸੀਨੀਅਰ ਔਫਿਸਰ ਦਾ ਧਿਆਨ 'ਚ, ਸਾਰਿਆਂ ਦੇ ਧਿਆਨ 'ਚ, ਜੋ ਵੀ ਜਦੋਂ ਵੀ ਜਿੰਨਾ ਕੁ ਹੱਲ ਨਿਕਲਦਾ ਉਹ ਕਰਕੇ ਅਸੀਂ ਨਿਬੇੜਾਂਗੇ। ਸੰਸਦ ਦੇ ਸਰਦਰੁੱਤ ਇਜਲਾਸ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਸਦਨ ਦੇ ਵਿੱਚ ਇੱਕ ਵਾਰ ਮੁੜ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ। ਇਸ ਮੌਕੇ ਉਹਨਾਂ ਕੇਂਦਰ ਸਰਕਾਰ ਦੇ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਸਵਾਲ ਕੀਤਾ ਕਿ ਉਹਨਾਂ ਨੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਲਈ ਕਿਹੜੇ ਕਿਹੜੇ ਕਦਮ ਚੁੱਕੇ ਹਨ, ਕਿ ਸਰਕਾਰ ਪੈਟਰੋਲ ਦੀ ਥਾਂ ਕੋਈ ਬਦਲਵਾਂ ਪ੍ਰਬੰਧ ਕਰ ਰਹੀ ਹੈ। ਅਤੇ ਬਲਬੀਰ ਸਿੰਘ ਸੀਚੇਵਾਲ ਦੇ ਵੱਲੋਂ ਪੁੱਛੇ ਸਵਾਲਾਂ ਦਾ ਨਿਤਿਨ ਗਡਕਰੀ ਦੇ ਵੱਲੋਂ ਵਿਸਥਾਰ ਸਹਿਤ ਜਵਾਬ ਦਿੱਤਾ ਗਿਆ। ਪਰਿਆਵਰਣ ਦੀ ਇਹਨਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਸਭ ਤੋਂ ਵੱਧ ਪ੍ਰਦੂਸ਼ਣ ਜਿਹੜਾ ਹੈ ਉਹ ਜਿਹੜਾ ਡੀਜ਼ਲ ਆ ਉਹਦੇ ਵਾਹਨ ਆ, ਅਸੀਂ ਜਿਹੜੇ ਹੈ ਜਿਹਦਾ ਕਰਕੇ ਜੇ ਸਾਡੇ ਨਜ਼ਦੀਕ ਲੁਧਿਆਣਾ ਦੇਖੋ ਤਾਂ ਸਭ ਤੋਂ ਪੋਲਿਊਸ਼ਨ ਸ਼ਹਿਰਾਂ 'ਚ ਆਉਂਦਾ। ਉਹਦਾ ਕਾਰਨ ਕੀ ਹੈ ਕਿ ਉੱਥੇ ਡੀਜ਼ਲ ਵਾਹਨ ਬਹੁਤ ਚੱਲਦੇ ਆ। ਸੋ ਅਸੀਂ ਮੰਤਰੀ ਸਾਹਿਬ ਦੇ ਕੋਲੋਂ ਜਾਣਨਾ ਚਾਹੁੰਦੇ ਹਾਂ ਕਿ ਵਾਤਾਵਰਣ ਨੂੰ ਸਾਫ਼ ਰੱਖਣ ਲਈ ਕੀ ਸਰਕਾਰ ਪੈਟਰੋਲ ਦੀ ਥਾਂ 'ਤੇ ਪ੍ਰਦੂਸ਼ਣ ਰਹਿਤ ਦੇਸੀ ਢੰਗ ਨਾਲ ਬਦਲਵੇਂ ਪ੍ਰਬੰਧ ਈਂਧਨ 'ਤੇ ਵਿਕਾਸ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜੇ ਦਿੱਤਾ ਜਾ ਰਿਹਾ ਤਾਂ ਉਹਦਾ ਵੇਰਵਾ ਦੇਸ਼ ਵਿੱਚ ਖਾਸ ਤੌਰ 'ਤੇ ਪੰਜਾਬ ਦੀਆਂ ਸੜਕਾਂ ਵਿੱਚ ਜਿਹੜੀ ਉਹ ਮਸ਼ੀਨਰੀ ਚੱਲਦੀ ਹੈ ਜਿਹਦੇ ਨਾਲ ਸੜਕਾਂ ਬਣਾਈਆਂ ਜਾਂਦੀਆਂ, ਕਿ ਉਹਦੇ ਵਿੱਚ CNG, LNG ਅਤੇ ਇਥਾਨੋਲ ਦੀ ਵਰਤੋਂ ਕਰਨ ਲਈ ਕੀ ਕਦਮ ਚੁੱਕੇ ਆ, ਜੇ ਹੈ ਤਾਂ ਉਹਦਾ ਦੱਸੋ। ਇਹ ਜੋ ਪੈਟਰੋਲ ਔਰ ਡੀਜ਼ਲ ਇਸਕੇ ਕਾਰਨ ਵਿਸ਼ੇਸ਼ ਰੂਪ ਸੇ ਜੋ ਪੋਲੂਸ਼ਨ ਹੋਤਾ ਹੈ, ਜਿਸਕੀ ਬਾਤ ਆਦਰਣੀਯ ਸਨਮਾਨਿਯ ਸਦਸਯ ਨੇ ਰੱਖੀ ਹੈ, ਉਸਕੇ ਲਈ ਭਾਰਤ ਸਰਕਾਰ ਨੇ ਕਾਫੀ ਪ੍ਰਯਾਸ ਕੀ ਹੈ ਔਰ ਇਸਕੋ ਪ੍ਰਾਇੋਰਿਟੀ ਦੀ ਹੈ। ਅਧਿਕਸ਼ ਮਹੋਦਯ, ਇੰਡੀਆ ਇਹ ਕਾਰ ਮੈਨੂਫੈਕਚਰਿੰਗ ਮੈਟਰੋਵੈਲ ਮੈਨੂਫੈਕਚਰਿੰਗ ਮੈਂ ਪਹਿਲੇ 5ਵੇਂ ਨੰਬਰ ਪਰ ਥਾ, ਪਰ ਆਜ ਹਮਾਰਾ ਨੰਬਰ ਤੀਸਰਾ ਹੋ ਗਿਆ। ਪਹਿਲੇ ਨੰਬਰ ਪਰ ਅਮਰੀਕਾ ਹੈ, ਦੂਸਰੇ ਨੰਬਰ ਪਰ ਚਾਈਨਾ ਹੈ, ਫਿਰ ਹਮ ਹੈ।
हमने जापान को भी पीछे डाल दिया। पर एक बात ये भी है कि इसका ग्रोथ रेट बहुत बड़ा है। टोटल व्हीकल्स में 9.91% और कार और फोर व्हीलर्स में 20% है। और ये इंडस्ट्री सबसे ज़्यादा जीएसटी भारत सरकार और राज्य सरकार को दे रही है और 4.5 करोड़ जॉब्स यहाँ क्रिएट हुए हैं। पर इसके बावजूद जो सन्मान्य सदस्य ने जो बात रखी उसके आधार पर भारत सरकार ने अल्टरनेटिव फ्यूल और बायोफ्यूल ये दोनों को विशेष रूप से प्राधान्य दिया है। ये जो G20 हुआ इसमें ग्लोबल बायोफ्यूल अलायंस ये भी निश्चय इसका ये हमने निश्चित किया और ये टारगेट तय किया है कि 2070 तक हम नेट जीरो इमिशन तक जाएंगे। और मुझे इस बात की खुशी है कि हमने अल्टरनेटिव फ्यूल पे अलग प्रकार के प्रयोग किए हैं। सर मैं खुद इसका बाय हार्ट प्रचार करते रहता हूँ। मैं पार्लियामेंट में आता हूँ तो हाइड्रोजन की गाड़ी में आता हूँ, अभी मैं फ्लेक्स इंजन की गाड़ी में आता हूँ। तदसरी फतेहगढ़ साहिब तो संसद मेंबर डॉक्टर अमर सिंह ने सदन दे विच मांग की थी कि भारत सरकार शहीद आजम भगत सिंह करतार सिंह सराभा उधम सिंह मदन लाल टिंगरा अते होर महान आजादी घुलाटियां नू भारत रत्न नाल नवाजे अते उना दियां यादगारां दा सन्मान कीता जाना चाहिदा ता जो उना दियां यादां साडी आउण वाली पीढ़ी नाल सांझियां कीतियां जा सकण। मैं अपने सूबे पंजाब दी एक इतिहास दसना चाहना इस पवित्र सभा नू और सारे मुल्क नू के पंजाब ओ सूबा जेड़ा सारे मुल्क दी ढाल है। जदों भी कोई हिंदुस्तान ते हमला करन वाला हमलावर आया वेस्टर्न बॉर्डर तो चाहे वह अहमद शाह अब्दाली सी चाहे वह मुगल आए या चाहे वह अंग्रेजा ने सब तो ज्यादा अगर किसी ने लड़ाई की या सब तो ज्यादा अगर उन्होंने रोकने की कोशिश की या जहां आजादी की लड़ाई च अगर सब तो ज्यादा हिस्सा पाया ब्रिटिश साम्राज्य के खिलाफ तो वह पंजाबी ने। सर तुसी सेलुलर जेल पोर्ट ब्लेयर जाओ उथे स्टेट वाइज लिस्टा लगी है, पंजाब की लिस्ट खत्म नहीं हो रही। इन्ने ज्यादा लोग उथे भेजे गए थे, फांसियां सब तो ज्यादा हुई। मैं बेनती ये करना चाहना सर साढ़े कुछ नौजवानों ने शहीद आजम भगत सिंह शहीद आजम उधम सिंह शहीद आजम करतार सिंह सराभा मदन लाल ढींगरा लाला लाजपत राय सर बहुत सारे होर ने सुखदेव गुरु राजगुरु बहुत सारे लोगों ने कुर्बानियां दित्तियां और इन्नी यंग उम्र च उन्होंने फांसियां दित्तियां गईयां। मैं चाहना कि ये पवित्र सभा और भारत सरकार इन्हां सारे शहीदां नू भारत रत्न नाल नवाजे ता जो नौजवान पीढ़ी नू ये लगे कि शहीदी देण नाल सारा मुल्क उन्हां नू सलाम करदा और उन्हां नू याद करदा। राजस्थान दे विच राजपूत करनी सेना दे प्रधान सुखदेव सिंह गोगा मेड़ी दा बीते दिन ही गोलियां मार के कतल कर दिता गया सी। हुण इस मामले उते सियासत भी पूरी तरह गरमाई हुई है। भाजपा आगू मनजिंदर सिंह सिरसा ने इस मामले उते अपना जिथे पक्ष रखिया तां उथे ही उन्हां सुखदेव सिंह दे कतल लई अशोक गहलोत नूं जिम्मेवार दस्सिया। हुण इस मामले नूं लै के इह जानकारी भी सामने आ रही है कि पंजाब पुलिस ने राजस्थान पुलिस नूं पहलां ही अलर्ट कीता सी कि सुखदेव सिंह दी जान नूं खतरा है, जिस तों बाद राजस्थान पुलिस उत्ते भी वड्डा सवाल खड़ा हुंदा है कि आखिर पुलिस ने क्यों कोई कार्रवाई नहीं कीती है। करनी सेना के अध्यक्ष जो सुखदेव सिंह जी का कल कत्ल किया गया वो एक बड़ी बहुत बड़ी साजिश है, जो साजिश अशोक गहलोत जी द्वारा रची गई, जिस साजिश के पीछे वहां की पुलिस भी साथ में शामिल थी। क्योंकि पंजाब पुलिस पहले से ये बता चुकी थी कि उनकी जान को खतरा है, बकायदा इंटेलिजेंस ने रिपोर्ट भेजी डीजीपी के नाम, डीजीपी कर्नाटक को बताया गया कि संपत नेहरा AK-47 ये सारी चीजें तथ्य बताई गई कि हथियार भी लिए जा चुके हैं और इनका कत्ल भी किया जाएगा, ये मर्डर होगा। उसके बावजूद उनकी सिक्योरिटी ना देना, उनकी सुरक्षा ना करना, उनके जानकारी में ये बात ना लाना और पुलिस प्रशासन उस वक्त ये कत्लेआम को अंजाम दे रहा है जब अशोक गहलोत
मुख्यमंत्री का टेन्योर खत्म हो चुका है, वो हार चुके हैं, नई सरकार बनने वाली है, ताकि नई सरकार के लिए मुसीबतें खड़ी करी जाएं। ये जानबूझकर राजस्थान को आग लगाने का काम अशोक गहलोत जी ने किया है, उनकी सरकार ने किया है, जिसकी जिम्मेवारी तय होनी चाहिए, वहां के डीजीपी के ऊपर कार्रवाई होनी चाहिए, वहां के प्रशासन के वो लोग जिनके पास ये चिट्ठी गई थी इसको जानबूझकर नजरअंदाज किया गया, जानबूझकर वहां पर ऐसे हालात बनाए गए ताकि उसकी सुरक्षा ना की जाए और सुखदेव सिंह जी का मर्डर हो जाए। इस मर्डर एक पॉलिटिकल कॉन्स्पिरेसी के तहत अशोक गहलोत जी जिसके जिम्मेवार हैं उनके ऊपर कार्रवाई होनी। सो फिलहाल दे लई पंजाब न्यूज़ विच इन्ना ही, मैनूं दिवा गया धन्नवाद।